ਅਮਰੀਕਾ ਦੇ ਕਾਰੋਬਾਰੀ ਅਰਥ ਸ਼ਾਸਤਰੀ ਅਰਥ ਵਿਵਸਥਾ ਬਾਰੇ ਬਹੁਤ ਆਸ਼ਵਾਦੀ ਨੇ ਅਤੇ ਉਹਨਾਂ ਨੇ ਭਵਿੱਖਵਾਣੀ ਕੀਤੀ ਹੈ ਕਿ ਟੀਕਾਕਰਨ ਵਿੱਚ ਵਾਧਾ, ਰੁਜ਼ਗਾਰ ਦੇ ਮੌਕਿਆਂ ਵਿੱਚ ਮਜ਼ਬੂਤ ਵਾਧਾ ਅਤੇ ਸਰਕਾਰੀ ਸਹਾਇਤਾ ਸਦਕਾ ਇਸ ਸਾਲ ਲਗਭਗ 4 ਦਹਾਕਿਆਂ ਵਿੱਚ ਅਮਰੀਕਾ ਸਭ ਤੋਂ ਤੇਜ਼ ਰਫ਼ਤਾਰ ਨਾਲ ਵਿਕਾਸ ਕਰੇਗਾ। ਅਮਰੀਕਾ ਨੈਸ਼ਨਲ ਐਸੋਸੀਏਸ਼ਨ ਫਾਰ ਬਿਜ਼ਨਸ ਇਕਨੋਮਿਕਸ ਦੁਆਰਾ ਸੋਮਵਾਰ ਨੂੰ ਜਾਰੀ ਇੱਕ ਸਰਵੇਖਣ ਅਨੁਸਾਰ ਇਸ ਸਾਲ ਆਰਥਿਕਤਾ 6.5 ਪ੍ਰਤੀਸ਼ਤ ਦੀ ਦਰ ਨਾਲ ਵਧੇਗੀ ਇਹ 1984 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੋਵੇਗਾ ਇਸ ਮਹੀਨੇ ਦੇ ਸ਼ੁਰੂ ਵਿੱਚ 49 ਅਰਥਸ਼ਾਸਤਰੀਆਂ ਦੀ رائے ਦੇ ਆਧਾਰ ਤੇ ਚਾਰੀ ਕੀਤੀ ਗਈ NABE ਦਿਆਂ ਖੋਚਾ ਨੇ ਆਪਣੀ ਪਿਛਲੇ ਮਾਰਚ ਦੇ ਸਰਵੇਖਣ ਨਾਲੋਂ ਅਰਥਵਿਵਸਥਾ ਦੀ ਵਿਧੇਰੇ ਚਮਕਦਾਰ ਤਸਵੀਰ ਪੇਸ਼ ਕੀਤੀ ਪਿਛਲੇ ਸਰਵੇਖਣ ਵਿੱਚ ਅਰਥਸ਼ਾਸਤਰੀਆਂ ਨੇ ਇਸ ਸਾਲ 4.8% ਦੇ ਵਿਕਾਸ ਦਰ ਦੀ ਭਵਿੱਖਬਾਣੀ ਕੀਤੀ ਸੀ ਅਰਥਸ਼ਾਸਤਰੀ 37 ਸਾਲਾਂ ਵਿੱਚ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਾਸ ਦੀ ਉਮੀਦ ਕਰ ਰਹੇ ਹਨ